ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਸਾਡਾ ਐਨੀਮਲ ਟੀਵੀ। ਮੈਂ ਤੁਹਾਡਾ ਮੇਜ਼ਬਾਨ ਆਸਮ ਹਸਨੈਨ। ਸਭ ਤੋਂ ਪਹਿਲੇ ਅਗਰ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਸਬਸਕ੍ਰਾਈਬ ਕਰਨਾ, ਨਾਲ ਹੀ ਲੱਗੇ ਬੈੱਲ ਆਈਕੋਨ ਦੇ ਬਟਨ ਨੂੰ ਕਰਨਾ ਪ੍ਰੈਸ, ਤਾਂ ਕਿ ਮੇਰੀ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਤੁਹਾਡੇ ਤੱਕ ਬਆਸਾਨੀ ਤਰੀਕੇ ਨਾਲ। ਰੋਜ਼ਾਨਾ ਦੀ ਨਿਸਬਤ ਅੱਜ ਵੀ ਮਾਸ਼ਾਅੱਲਾ ਦੋਸਤਾਂ ਵਾਸਤੇ ਇੱਕ ਭੂਰੀ ਝੋਟੀ ਦੀ ਵੀਡੀਓ ਲੈ ਦੇ ਹਾਂ ਜਨਾਬ। ਮਾਸ਼ਾਅੱਲਾ ਬੜਾ ਖੂਬਸੂਰਤ ਪ੍ਰਿੰਟ ਹੈ, ਬੜੀ ਖੂਬਸੂਰਤ ਅੱਜ ਦੋਸਤਾਂ ਵਾਸਤੇ ਝੋਟੀ ਲੈ ਕੇ ਆਇਆ। ਪਹਿਲੇ ਇੱਕ ਅੱਜ ਤੋਂ ਹਫ਼ਤਾ ਪਹਿਲੇ ਭਾਈ ਰਫਾਕਤ ਦੀ ਵੀਡੀਓ ਲਗਾਈ ਸੀ, ਪਹਿਲਾਂ ਝੋਟੀ ਲਗਾਈ ਸੀ, ਅਲਹਮਦੁਲਿਲਾ ਸੇਲ ਹੋ ਗਈ ਸੀ। ਅੱਜ ਮਾਸ਼ਾਅੱਲਾ ਭਾਈ ਰਫਾਕਤ ਇੱਕ ਹੋਰ ਝੋਟੀ ਲੈ ਕੇ ਆਏ ਨੇ, ਬੜੀ ਦੋਸਤੋ ਖੂਬਸੂਰਤ ਅਤੇ ਲਾਜਵਾਬ। ਮਾਸ਼ਾਅੱਲਾ ਝੂਰਕੁੰਡੇ ਸਿੰਘ ਬੱਗੀ ਮੁੱਛ, ਦੋਸਤਾਂ ਨੂੰ ਤਸੱਲੀ ਕਰਾਵਣ 'ਚ ਕਸਰਾਂ ਨਹੀਂ ਛੱਡਾਂਗਾ, ਕੱਦ ਵੇਖਣਾ ਕਰਮ ਵਾਲੀ ਦਾ ਲਾਮ ਚੈੱਕ ਕਰਨੀ ਹੈ। ਮਾਸ਼ਾਅੱਲਾ ਥੱਬਿਆਂ ਦਾ ਦੋਸਤੋ ਆਰਡਰ ਕੁਆਲਿਟੀ ਲਈ ਫਿਰਦੀ ਹੈ, ਮੁੱਠ ਭਰਵੇਂ ਪਾਵਰ ਵਾਲੇ ਦੋਸਤੋ ਪਹਿਲਣ ਉਹਦੇ ਥਣ। ਮਾਸ਼ਾਅੱਲਾ ਗਿੱਠ ਗਿੱਠ ਦੀ ਵਾਜ਼ੇ ਤੌਰ 'ਤੇ ਵਿਰਲ ਵੇਖ ਲੈਣੀ, ਬਾਕੀ ਚਾਰੇ ਖੁਣ ਖੁਰ। ਮਾਸ਼ਾਅੱਲਾ ਦੋਸਤੋ ਚਿੱਟੇ ਕਰਮ ਵਾਲੀ ਦੇ ਪੰਜ ਕਲਿਆਣ। ਮਾਸ਼ਾਅੱਲਾ ਦੋਸਤੋ ਮੁੱਛ ਬੱਗੀ, ਮੁੱਛ ਚਾਰੇ ਪੈਰ ਬੱਗੇ। ਮਾਸ਼ਾਅੱਲਾ ਸੁਣੋ ਦਾ ਸੂਦਾ ਡੋਡਾ ਮਾਸ਼ਾਅੱਲਾ ਚੱਕੀ ਫਿਰਦੀ ਹੈ ਝੋਟੀ। ਬਾਕੀ ਦੋਸਤੋ ਪਿਓਰ ਨੀਲੀ ਦੀ ਹੈ ਝੋਟੀ, ਮਾਸ਼ਾਅੱਲਾ ਥੱਬਿਆਂ ਦਾ ਇਹਨੂੰ ਕਹਿੰਦੇ ਨੇ ਦੋਸਤੋ ਆਰਡਰ ਕੁਆਲਿਟੀ ਤਸੱਲੀਆਂ ਕਰਾਵਾਂ ਦੇ। ਪਿੱਛੋਂ ਮਾਸ਼ਾਅੱਲਾ ਮੱਝ ਅਤੇ ਬੂਥੀ ਤੋਂ ਝੋਟੀ ਲੱਗਦੀ ਕਰਮ ਵਾਲੀ, ਬਾਕੀ ਟੋਰਾ ਫੇਰਾ ਵੀ ਦਿਖਾਉਣਿਆ, ਲਾਈਵ ਚੁਆਈ ਹੋ ਜਾਏਗੀ, ਦੁੱਧ ਦਾ ਕੀ ਰਿਕਾਰਡ ਹੈ ਉਹ ਸਾਹਮਣੇ ਆ ਜਾਏਗਾ। ਮਾਸ਼ਾਅੱਲਾ ਜੀ ਕੋਈ ਲੱਤ 'ਚ ਵਾਧਾ ਘਾਟਾ ਨਹੀਂ ਹੈ, ਕੋਈ ਵਾਹ ਨਹੀਂ, ਕੋਈ ਸਰ ਨਹੀਂ, ਟੋਰੇ ਸਿਰੇ ਦੀ ਵੀ ਦੋਸਤੋ ਲਾਜਵਾਬ ਝੋਟੀ ਹੈ। ਮਾਸ਼ਾਅੱਲਾ ਅਕਸਰ ਦੋਸਤਾਂ ਦੀ ਫਰਮਾਇਸ਼ ਸੀ ਕਿ ਭੂਰੇ ਰੰਗ ਦੀ ਝੋਟੀ ਲਿਆਓ, ਅੱਜ ਦੋਸਤਾਂ ਵਾਸਤੇ ਮਾਸ਼ਾਅੱਲਾ ਭੂਰੀ ਝੋਟੀ ਲੈ ਆਉਂਦੀ ਅਤੇ ਰੇਟ ਅੱਲਾ ਮੇਰੇ ਹੁਕਮ ਦੇ ਨਾਲ ਪੈਕੇਜ ਹੋਵੇ ਦਾ ਦੋਸਤੋ, ਰੇਟ ਨਹੀਂ ਜ਼ਿਆਦਾ ਹੋਵੇ ਦਾ ਮਗਰ ਦੋਸਤੋ ਕੱਟਿਆ। ਮਾਸ਼ਾਅੱਲਾ ਕੱਟਿਆ ਬੜਾ ਖੂਬਸੂਰਤ ਅਤੇ ਲਾਜਵਾਬ ਹੈ। ਮਾਸ਼ਾਅੱਲਾ ਆਹ ਦੋਸਤੋ ਵੰਡਾ, ਆਹ ਚੋਕਰ ਥੋੜ੍ਹੀ ਡਾਲ ਦੇਗੀ, ਬੱਚਾ ਨਹੀਂ ਲੈ ਰਹੀ, ਬੱਚਾ ਨਹੀਂ ਲੈਂਦੀ ਭਾਈ ਯਾਸਮ, ਜਿੱਦਾਂ ਬੱਚਾ ਨਹੀਂ ਲੈਂਦੀ ਦੋਸਤੋ। ਰਿਜਨਲ ਨੇ ਮੂੰਹ 'ਚੋਂ ਚਾਰ ਦਾਂਦੇ, ਮੂੰਹ 'ਚੋਂ ਚਾਰ ਦਾਂਦੇ ਪਹਿਲਾਂ ਨੇ, ਇਹ ਚੋਕਰ ਪਾਤਾ ਅੱਗੇ, ਇਹ ਵਰਦੀ ਦੱਸਦੀ ਆਪਾਂ ਪਹਾੜੇ ਦੇ ਦੋਸਤੋ। ਮਾਸ਼ਾਅੱਲਾ ਕਸਮ ਪੈਂਦੀ ਬੱਚਾ ਨਹੀਂ ਇਹਨੇ ਲਿਆ, ਇਹ ਨਹੀਂ ਕਿ ਅਸੀਂ ਤੁਹਾਨੂੰ ਝੂਠ ਮਾਰੀਏ ਫਰਾਡ ਕਰਤੇ। ਆਹ ਵੀ ਅੱਗੇ ਸੋਟੀ ਮਾਰ ਕੇ ਬੱਚਾ ਲਾ ਦਈਏ ਥੱਲੇ, ਹਾਂ ਤੁਹਾਨੂੰ ਕਹਿ ਦਈਏ ਵੀ ਲਓ ਜੀ ਬੱਚਾ ਲੈ ਲਿਆ, ਊਂ ਕੁਛ ਕਹਿੰਦੀ ਵੀ ਨਹੀਂ ਕਿ ਮਸਲ ਕੇ ਬੱਚਾ ਲਾ ਵੀ ਦਈਏ। ਇੱਕ ਥਣ ਨੂੰ ਵੀ ਦੋਸਤੋ ਮਸਲਾ ਹੈ। ਹਾਂਜੀ ਭਾਈ ਆਸਮ, ਇੱਕ ਥਣ ਨੂੰ ਮਸਲਾ ਹੈ, ਤਿੰਨ ਥਣ ਚਾਲੂ ਨੇ, ਸੋਜ਼ਿਸ਼ ਚਾਲੂ ਹੈ ਵੀ, ਆ ਦੇਖੋ ਦੁੱਧ ਉਹਦੇ 'ਚ ਵੀ ਆਉਂਦਾ ਲੇਕਿਨ ਥੋੜ੍ਹਾ ਘੱਟ ਆਉਂਦਾ, ਬਿਲਕੁਲ ਦੇਖੋ ਦੁੱਧ ਆਉਂਦਾ ਲੇਕਿਨ ਥੋੜ੍ਹਾ ਜਿਹਾ ਘੱਟ, ਦੁੱਧ ਇਹ ਨਹੀਂ ਗੱਲ ਵੀ ਕੋਈ ਉਹਦੇ 'ਚ ਛਿੱਡੀਆਂ ਜਾਂ ਕੋਈ ਚੀਜ਼ ਦੇ,
ਪਰ ਭਾਈ ਅਸਮ ਆਪਾਂ ਜਿਹੜੀ ਸਿੱਧੀ ਗੱਲ ਹੈ ਆਪਾਂ ਦੇਣੀ ਹੈ ਝੋਟੀ ਤਿਲ ਕਰਕੇ, ਬਿਲਕੁਲ ਤਿਲ ਕਰਦੇ ਅਗਲੇ ਮਾਲਕ ਦੇ ਨਸੀਬ। ਇਹ ਨਹੀਂ ਵੀ ਕੋਈ ਦੋ ਧਾਰਾਂ ਆਉਂਦੀਆਂ ਜਾਂ ਚਾਰ ਆਉਂਦੀਆਂ ਹੁਣ, ਜਿਸ ਦਿਨ ਸੂਈ ਹੈ ਭਾਈ ਅਸਮ ਇਹਦੇ ਚੋਂ ਦੁੱਧ ਆਉਂਦਾ ਹੀ ਗਲਾਸ ਹੈ, ਠੀਕ ਗਲਾਸ ਡੇਢ ਗਲਾਸ ਇਹਦੇ ਚੋਂ ਦੁੱਧ ਆਉਂਦਾ। ਆਹ ਦੇਖੋ ਬਿਲਕੁਲ ਸਫੈਦ ਹੈ, ਕੋਈ ਵਿੱਚ ਛਿੱਡੀ ਨਹੀਂ, ਕੋਈ ਚੀਜ਼ ਨਹੀਂ। ਠੀਕ ਹੋ ਗਿਆ, ਤੁਸੀਂ ਵਾਪਸ ਮਾਲ ਲਓ ਅਤੇ ਬਾਅਦ ਵਿੱਚ ਚੁਆਈ ਕਰੋ। ਆਪਾਂ ਵਿਚਾਰਾ ਭਰਾਵਾਂ ਨੂੰ ਲਾਗੇ ਕਰਕੇ ਵੀ ਇਹ ਥਾਂ ਚੋ ਕੇ ਦਿਖਾਵਾਂਗੇ। ਡਾਕਟਰ ਕਹਿੰਦੇ ਨੇ ਭਾਈ ਅਸਾਂ ਡਾਕਟਰ ਨੂੰ ਚੈੱਕ ਕਰਾਈ ਸੀ, ਉਹਨੇ ਕਿਹਾ ਜੀ ਇਹਨੂੰ ਟੀਕੇ ਲਾਉਣ ਦਾ ਕੋਈ ਫਾਇਦਾ ਨਹੀਂ, ਦੁੱਧ ਸੁਕਾ ਜਾਏਗੀ ਝੋਟੀ ਤਾਜ਼ੀ ਸੂਈ ਹੈ। ਅਤੇ ਉਹਨਾਂ ਨੇ ਕਿਹਾ ਬਸ ਇਹਨੂੰ ਮਿਰਚਾਂ ਦਿਓ, ਇਹ ਸੋਚ ਲੈ ਜਾਏਗੀ ਥਾਂ ਹੌਲੀ ਹੌਲੀ ਪੂਰਾ ਹੋ ਜਾਏਗਾ। ਬਾਕੀ ਥਾਂ ਸਾਰੇ ਚੈੱਕ ਕਰ ਲਓ ਭਾਈ, ਵਾਸ ਚੈੱਕ ਕਰ ਲੈਣਾ ਪੂਲੇ ਜੀ ਦੀ ਰੋਟੀ ਪਾ ਰਹੇ ਮਾਸ਼ਾਅੱਲਾ। ਪਹਿਲਾਂ ਹੋ ਗਿਆ ਝੋਟੀ ਨੂੰ ਮਾਸ਼ਾਅੱਲਾ ਐਡਾ ਨਵਾਬ ਚੁਆ, ਕੋਈ ਛੱਟਾ ਨਹੀਂ ਕੋਈ ਜਵਾਬ ਨਹੀਂ। ਆ ਭਾਈ ਅਸਾਂ ਪਰਲਾ ਪਿਛਲਾ ਆ ਤਿੰਨੇ ਥਣ ਦੋਸਤੋ ਚਾਲੂ ਨੇ ਪੂਰਾ ਚੁਆ, ਇਹਨਾਂ ਤਿੰਨਾਂ ਥਣਾਂ ਦਾ ਇਹਦਾ ਵੀ ਆਹ ਵੀ ਥਣ ਦਿਖਾ ਦਿਓ। ਇਹ ਥਣ ਚਾਲੂ ਹੈ, ਇੱਧਰ ਦੇਖੋ, ਲੇਕਿਨ ਇਹਦਾ ਇੱਕ ਦੁੱਧ ਘੱਟ ਹੈ ਚਾਲੂ, ਇਹਦੇ ਉੱਤੇ ਸੋਜ ਹੈ ਸਾਰੇ ਥਣਾਂ ਦਾ, ਥਣ ਜ਼ਿਆਦਾ ਮੋਟਾ ਹੈ ਕਿਉਂਕਿ ਚੈਨਲ ਤੇ ਆਪਣੀ ਰੋਜ਼ ਵੀਡੀਓ ਲੱਗਣੀ ਆ, ਆਪਾਂ ਨਾ ਝੂਠ ਮਾਰੀਏ ਨਾ ਫਰੇਮ ਮਾਰੀਏ, ਬਿਲਕੁਲ ਜੀ ਨਾ ਮਾਰਨ ਦੀ ਲੋੜ ਹੈ, ਰੱਬ ਹੱਕ ਹਲਾਲ ਦੀ ਦੇਵੇ। ਆ ਬੱਚੇ ਦਾ ਰੋਲਾ ਆਪਾਂ ਪਹਿਲੇ ਦੱਸਿਆ, ਮੂੰਹ 'ਚੋਂ ਚਾਰ ਦੰਦ ਨਾ ਵੇਸ ਗੱਲ ਦੀ ਆਪਣੀ ਗਰੰਟੀ ਜੀ। ਝੋਟੀ ਨੂੰ ਭਾਈ ਅਸਮ ਰੱਬ ਨੇ ਥਾਣੀ ਬਾਜ ਲਾ ਦਿੱਤੀ, ਝੋਟੀ 6.5 ਲੱਖ ਦੀ ਸੀ ਮਾਸ਼ਾਅੱਲਾ।
ਛੋਟੀ ਮਾਸ਼ਾਅੱਲਾ ਬਹੁਤ ਸੋਹਣੀ ਸੀ, ਸਿਰਫ ਸੈੱਟ ਹੋ ਜਾਂਦਾ ਬਿਲਕੁਲ, ਜਿਹੜਾ ਕਾਰੀਗਰ ਹੋਇਆ ਅੱਲਾ ਦੇ ਹੁਕਮ ਦੇ ਨਾਲ ਇਹਨੂੰ ਭੱਜਦੇ ਰਹਿ ਲੈਦਾ। ਸੂਹੇ ਚਲੋ ਘੱਟ ਦੇਗਾ, ਉਤਲੇ ਸੂਹੇ ਮਾਸ਼ਾਅੱਲਾ ਥਲ ਪੂਰਾ ਕਰ ਜਾਏਗੀ ਝੋਟੀ ਜੇ ਬੰਦੇ ਕਿਸੇ ਨੇ ਸਾਂਭੀ ਤੇ। ਮਾਸ਼ਾਅੱਲਾ ਕਰਮ ਵਾਲੀ ਨੇ ਇੱਕ ਬਾਲਟੀ ਭਰ ਵੀ ਦਿੱਤੀ। ਭਈਆ ਸਾਨੂੰ ਦੂਸਰੀ ਬਾਲਟੀ ਦਿਖਾ ਦਿਓ। ਠੀਕ ਹੋ, ਆ ਯਾਰ ਸਵਾਗਤ ਹੋ।
ਇਹ ਅਸੀਂ ਚੋ ਕੇ ਬਾਅਦ ਚੋਂ ਕੱਟਾ ਲਾਈਏ ਸਕੂਨ ਨਾ ਪਿਉਂਦੀ। ਹਾਂ ਦੋਸਤੋ ਮਾਸ਼ਾਅੱਲਾ ਦੁੱਧ ਹੈ ਭਾਈ। ਰਫਾਕਤ ਪਹਿਲੇ ਤਾਂ ਦੱਸੋ ਬਰਤਨ ਕਿੰਨੇ ਕਿੰਨੇ ਕਰਵਾਉਣਾ ਹੈ? ਇਹ ਭਾਈ ਆਹ ਬਰਤਨ ਆਪਣੇ ਰੋਜ਼ ਦੇ ਮਿਲੇ ਹੋਏ ਨੇ ਆਪਣੇ ਯਾਰ ਵੀਡੀਓ ਦੇ ਵਿੱਚ ਦੁਬਾਰਾ ਦੱਸ ਦੇਣਾ ਕੋਈ ਨਵਾਂ ਵੀਵਰ ਵੀ। 4 ਤੇ 3 7 7 ਕਿਲੋ ਦੁੱਧ ਦੇ 7 ਕਿਲੋ ਦੋਸਤੋ ਦੁੱਧ ਬਾਟੀਆਂ ਦੁੱਧ 9 ਕਿਲੋ ਪੈਂਦਾ। 9 ਕਿਲੋ ਦੁੱਧ ਤੇ ਲੈ ਕੇ ਚੋਣ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਈਏ, ਕੋਈ ਨਹੀਂ ਨਾ ਲੱਤ ਮਾਰੇ ਨਾ ਕੁਝ ਕਰੇ। ਚੋਣ ਤੋਂ ਬਾਅਦ ਆ ਦੋਸਤੋ ਵੇਖ ਲਓ ਬੱਚੇ ਨੂੰ ਦੁੱਧ ਵੀ ਪਿਲਾਉਣ ਦੀ ਸ਼ੁਰੂ ਚ ਨਹੀਂ ਲੈਂਦੀ ਬਸ। ਹਾਂਜੀ ਪਸੰਦੀ ਨਹੀਂ ਬੱਚੇ ਤੇ ਐਵੇਂ ਝੂਠ ਮਾਰੀਏ ਵੀ ਬੱਚੇ ਨੂੰ ਪਸੰਦ ਨਹੀਂ ਬੱਚੇ ਦੇ ਪਸੰਦੀ ਸਿਰਫ ਪਾੜੇ ਤੇ ਆ। ਉਹ ਅਸੀਂ ਟੰਗਾ ਲਾ ਕੇ ਤੇ ਬੱਚਾ ਥੱਲੇ ਲਾ ਦਈਏ, ਬੱਚੇ ਨੂੰ ਕੁਛ ਨਹੀਂ ਕਹਿੰਦੀ ਨਾ ਲੱਤਾਂ ਮਾਰੇ ਨਾ ਕੁਛ ਕਰੇ। ਤੇ ਇੱਧਰ ਦੇਖੋ ਬੱਚੇ ਨੂੰ ਦੁੱਧ ਵੀ ਪਿਉਂਦੀ ਸਾਰਾ ਕੁਛ ਕਰਦੀ ਹੈ, ਪਸੰਦੀ ਨਹੀਂ ਗੀ ਬੱਚੇ ਤੇ। ਬਕਾਇਦਾ ਜੀਆਂ ਗੱਬਣ ਦੀਆਂ ਵੀਡੀਓ ਵੀ ਸਾਡੇ ਕੋਲੇ ਪਈਆਂ ਨੇ, ਬਾਕੀ ਆਇਓ ਆਪਾਂ ਗੱਲਾਂ ਕਰਦੇ ਹਾਂ। ਹਰ ਚੀਜ਼ ਦੀ ਪਈ ਮੈਂ ਕਿਛ ਵਕਤ ਪਿਆ ਯਾਰ ਬੱਚੇ ਨੂੰ ਚਲ ਫੜ ਲਾ ਕੈਮਰਾ ਪੀਤੀ ਜਾਂਦਾ ਬੱਚਾ। ਅਸਲਾਮ ਵਾਲੇਕੁਮ ਭਾਈ। ਵਾਲੇਕੁਮ ਸਲਾਮ ਭਾਈ, ਕੀ ਹਾਲ ਚਾਲ ਨੇ? ਸਿਹਤ ਵੀ ਠੀਕ ਹੈ? ਹਾਂਜੀ ਸ਼ੁਕਰ ਹੈ ਮਾਲਕ ਦੀ ਜਾਤ ਹੈ। ਚਲੋ ਸ਼ੁਕਰ ਹੀ ਚਾਹੀਦਾ ਭਾਈ। ਰਫਾਕਤ ਆਪਾਂ ਪਹਿਲੇ ਵੀ ਇੱਕ ਝੂਠੀ ਦੀ ਵੀਡੀਓ ਲਗਾਈ ਸੀ, ਅਲਹਮਦੁਲਿਲਾ ਕਾਲੀ ਸੇਲ ਹੋ ਗਈ ਸੀ। ਕਾਲੀ ਝੂਠੀ ਸੀ ਪਹਿਲਾਂ, ਮੇਰੇ ਦੀ ਨੰਬਰ ਲੱਗੇ ਸੀ ਝੂਠੀ। ਬਿਲਕੁਲ ਨੰਬਰ ਲੱਗੇ ਸੀ ਸਾਨੂੰ। ਤੇ ਇਸ ਝੂਠੀ ਦੀ ਭਾਈ ਰਫਾਕਤ ਆਪਾਂ ਗੱਲਾਂ ਉਹ ਕਰਨੀਆਂ ਨੇ ਖਰੀਆਂ ਜੀਆਂ, ਤੇ ਰੇਟ ਜਿਹੜਾ ਬਿਲਕੁਲ ਮਾਕੂਲ ਜਿਹਾ ਕਰਨਾ ਹੈ। ਇੱਕ ਤਾਂ ਪਹਿਲੇ ਆਪਾਂ ਵੀਡੀਓ ਦੇ ਵਿੱਚ ਵਾਅਦੇ ਦੱਸ ਦਿੱਤਾ ਕਿ ਤਿੰਨ ਥਣ ਨੇ। ਚੌਥਾ ਚੱਲਦਾ ਹੈ, ਦੁੱਧ ਵੀ ਗਲਾਸ ਡੇਢ ਗਲਾਸ ਉਹਦੇ ਚੋਂ ਆਉਂਦਾ ਹੈ। ਠੀਕ ਹੋ ਗਿਆ। ਹਾਂਜੀ ਤੇ ਮਗਰ ਆ ਜਿਹੜਾ ਕੱਟਾ ਹੈ ਇਹ ਬੱਚਾ ਵੀ ਨਹੀਂ ਲੈਂਦੇ? ਬੱਚਾ ਜਿਸ ਦਿਨ ਸੂਈਏ ਨਾ ਭਾਈ ਅਸਮ, ਸਿੱਧੀ ਗੱਲ ਹੈ, ਰਾਤ ਨੂੰ ਲੈ ਕੇ ਆਏ ਝੋਟੀਆਂ। ਜੀ ਜੀ। ਰਾਤ ਸੂਬੀ ਪਤਾ ਨਹੀਂ 3 ਵਜੇ ਸੂਬੀ ਜਾਂ 12 ਵਜੇ ਸੂਬੀ, ਕਦੋਂ ਸੂਬੀ ਸਾਨੂੰ ਨਹੀਂ ਇਸ ਗੱਲ ਦੀ ਖਬਰ। ਜੀ ਸਵੇਰੇ ਉੱਠ ਕੇ ਦੇਖਿਆ ਕੱਟਾ ਉੱਥੇ ਬੈਠਾ, ਉਹ ਇੱਟਾਂ ਲੱਗੇ, ਝੋਟੀ ਇੱਥੇ ਬੈਠੀ, ਸਾਨੂੰ ਕੋਈ ਪਤਾ ਨਹੀਂ ਕਦੋਂ ਸੂਈ ਹੈ ਕਦੋਂ ਨਹੀਂ ਸੂਈ। ਸਹੀ ਹੋ ਗਿਆ। ਅਸੀਂ ਇਹਦੇ ਚੁੱਕ ਕੇ ਕੱਟਾ ਲਾ ਕੇ ਕੀਤਾ, ਇਹਨੇ ਕਿਹਾ ਵੀ ਕੱਟਾ ਆਪਾਂ ਨਹੀਂ, ਇਹਨੇ ਚੱਟਿਆ, ਚੁੱਕ ਕੇ ਥੱਲੇ ਲਾਤਾ ਜਿਹੜਾ ਬੋਲਾ ਹੈਗਾ ਸੀ ਅਸੀਂ ਕੱਢ ਲਿਆ। ਸਹੀ ਹੋ। ਮੁੜ ਕੇ ਸ਼ਾਮ ਨੂੰ ਕੱਟਾ ਛੱਡਿਆ ਥੱਲੇ, ਉਹ ਪਸਮੀ ਨਹੀਂ। ਸਹੀ ਹੋ ਗਿਆ। ਅਸੀਂ ਮੁੜ ਕੇ ਭਾੜਾ ਪਾਇਆ, ਭਾੜਾ ਪਾ ਕੇ ਅਸੀਂ ਚੋਲੀ, ਭਾੜੇ ਤੇ ਹੁਣ ਮਿਲਦੀ ਈਜ਼ੀਲੀ ਸਕੂਨ। ਠੀਕ ਹੋ ਗਿਆ। ਚੋਕਰ ਦਾ ਭਾੜਾ ਪਾਓ ਮਿਲ ਪੈਂਦੀ। ਅੱਜ ਜਿਹੜਾ ਆਪਾਂ ਰੇਟ ਕਰਨਾ ਹੈ ਨਾ, ਰੇਟ ਦੁੱਧ ਜਿਹੜਾ ਆਪਾਂ ਚੋਇਆ 14 ਕਿਲੋ, ਤੂੰ ਕਹਿੰਦਾ 7 ਕਿਲੋ, 7 7 14 ਕਿਲੋ 14 ਕਿਲੋ 12 ਕਿਲੋ ਆਪਾਂ ਇਹ ਵੀ ਪਛਵਾ ਲਾਂਗੇ। 2-3 ਟਾਈਮ ਆਵੇ ਹਲੇ, ਅੱਜ 8ਵਾਂ ਦਿਨ ਝੋਟੀ ਨੂੰ ਸੂਈ ਨੂੰ, 9ਵਾਂ ਮੂੰਹ ਚਾਰ ਦਾਂ ਮੂੰਹ ਚਾਰ ਦਾਂ ਗਰੰਟੀ ਨਾਲ, ਗਰੰਟੀ ਨਾਲ ਵਿਖਾ ਵੀ ਦਿੰਦੇ ਆ ਮੂੰਹ। ਠੀਕ ਹੋ ਗੈਂਟ ਦੇ ਫਿਰ ਭਾਈ ਅਸਾਂ ਮੈਡੀ ਪਲੀ ਝੋਟੀ, ਝੋਟੀ ਦਾ 8-8.5 ਮਣ ਵਜ਼ਨ ਹੈ ਝੋਟੀ, 8-8.5 ਮਣ ਝੋਟੀ ਦਾ ਵਜ਼ਨ ਹੈ, ਮੂੰਹ 'ਚ 4 ਦੰਦ ਹੋ ਕੇ। ਪਰ ਰੱਬ ਨੇ ਗਰੰਟੀ ਨਾ ਪੈ ਲੈਣਾ, ਰੱਬ ਨੇ ਬਾਜ ਲਾਉਣੀ ਸੀ 4,70,000 ਦੀ ਆਪਣੀ ਆਪਦੀ ਖਰੀਦ ਹੈ ਝੋਟੀ ਦੀ, 4,70,000 ਦੀ ਆਪਦੀ ਖਰੀਦ। ਠੀਕ ਹੋ ਗਿਆ, ਹੁਣ ਘਾਟਾ ਹੀ ਪੈਣਾ, ਘਾਟਾ ਹੀ ਪੈਣਾ ਬਿਲਕੁਲ, ਜਿਹੜਾ ਵੀ ਪੈਣਾ ਇਹ ਵਾ ਕਿਸਾਨ ਉਡਾ ਲੈ ਜਵੇ, ਕਿਉਂਕਿ ਵਪਾਰੀਆਂ ਮੇਰੇ ਕੋਲ ਨਹੀਂ ਇਹਦੀ ਖੇਚਲ ਹੁੰਦੀ। ਸਹੀ ਹੋ। ਕਦੀ ਮੈਂ ਕਿਤੇ ਕਦੀ ਕਿਤੇ, ਜਿਹੜਾ ਭਰਾ ਲੈ ਵੇ ਝੋਟੀ ਨਾ ਕਰੇ ਖੇਚਲ, ਸਾਂਭੇ ਝੋਟੀ ਨੂੰ, ਅੱਲਾ ਦੇ ਹੁਕਮ ਨਾਲ ਥਾਣ ਸੈੱਟ ਹੋ ਜਾਏਗਾ। ਬਾਕੀ ਝੋਟੀ ਦਾ ਮਾਸ਼ਾਅੱਲਾ ਟੇਰ ਚੰਗੀ, ਟੇਰ ਚੰਗੀ ਹੈ, ਮੂੰਹ ਚੋਂ 4 ਦੰਦ ਏਡੀ ਝੋਟੀ, ਹਰ ਬੰਦਾ ਕਹੂਗਾ ਸੁਆ ਦੂਸਰਾ ਝੋਟੀ। ਬਿਲਕੁਲ ਹਰ ਕੋਈ ਐਵੇਂ ਕਹੇ, ਵੱਡੀ ਗੱਡੀ ਵਾਲੀ ਝੋਟੀ ਹੈ ਮਾਸ਼ਾਅੱਲਾ, ਮੂੰਹ 4 ਦੰਦ ਹੈ ਝੋਟੀ। ਪਿਆਰ ਮੁਹੱਬਤ ਦਾ ਰੇਟ ਕੀ? ਪੱਕਾ ਜਿਹਾ, ਪੱਕਾ ਜਿਹਾ ਨੁਕਸਾਨ ਕਰਤੇ ਆਪਦੇ ਆਪ ਨੂੰ, ਜਿਹੜਾ ਨੁਕਸਾਨ ਨੁਕਸਾਨ ਤੇ ਜਿਹੜਾ ਕਰਨਾ ਰੱਬ ਨੇ ਕਹਿਣਾ, ਰੱਬ ਨੇ ਪੂਰਾ ਕਰਨਾ। ਹਾਂਜੀ ਬਿਲਕੁਲ ਪੂਰਾ ਕਰਨਾ। 3,60,000 ਦੀ ਹੈ ਭਾਈ ਅਸਮ, ਇਹਦਾ ਕਾਟੂ ਮੁੱਲ ਹੈ ਫੰਡਰ ਝੋਟੀ ਦਾ ਮੁੱਲ ਇਹਦਾ 3,60,000। 60,000 ਇਹਦੇ ਵਿੱਚੋਂ ਕੋਈ ਪਿਆਰ ਮੁਹੱਬਤ ਕਰ, ਪਿਆਰ ਮੁਹੱਬਤ ਮੈਂ ਤੇ ਬਥੇਰੀ ਕੀਤੀ, ਫਿਰ ਵੀ ਵੀਡੀਓ ਦੇ ਵਿੱਚ ਕਰਦੇ ਜਿਹੜੀ ਗੁੰਜਾਇਸ਼ ਹੁੰਦੀ 10,000 ਛੱਡ ਦਿਆਂਗਾ, 3.5 ਦੀ, 3.5 ਦੀ ਫਾਈਨਲ ਹੈ। ਹਾਂ ਨੁਕਸਾਨ ਨਾ, 1,20,000 ਨੁਕਸਾਨ ਨਾ, 1,20,000 ਰੁਪਇਆ ਨੁਕਸਾਨ ਨਾ ਭਾਈ ਰਫਾਕਤ ਨੂੰ ਦੋਸਤੋ। ਬਾਕੀ ਹਾਂ ਕੋਈ ਭਰਾ ਕੱਟਾ ਲੈਣਾ ਚਾਹੇ, ਇਹੀ ਪੁੱਛੂਗਾ ਤੁਹਾਡੇ ਕੋਲ, ਕੱਟਾ ਲੈਣਾ ਚਾਹੇ ਲੈ ਲਵੇ, ਜੇ ਕੋਈ ਭਰਾ ਹਮਦਰਦੀ ਕਰਕੇ ਵਿਚਾਰ ਕਿਤੇ ਭਾਰ ਫਾਕਰ ਤੋਂ ਫਿਰਦਾ, ਕਿਤੇ ਦਾ ਘਾਟਾ ਪੂਰਾ ਕਰ ਜਾਏਗਾ, ਤੇ ਮਿਹਰਬਾਨੀ ਹੋਊਗੀ ਉਹਦੀ। ਠੀਕ ਹੋ ਗਿਆ। ਹਾਂ ਬਹੁਤ ਸ਼ੁਕਰੀਆ ਭਾਈ। ਜੇ ਲੈਣਾ ਚਾਹੇ ਤੇ ਤਾਬੇਦਾਰ ਇਸੇ ਰੇਟ 'ਚ ਦਿਆਂਗਾ, ਝੋਟੀ ਦਾ ਫਿਰ ਵੀ ਉਹੀ ਰੇਟ ਆ, ਕੋਈ ਲਵੇ ਕੱਟਾ ਨਾ ਲਵੇ ਫਿਰ ਵੀ ਉਹੀ ਰੇਟ ਆ। ਠੀਕ ਹੋ ਗਿਆ ਜਨਾਬ, ਬਹੁਤ ਸ਼ੁਕਰੀਆ ਭਾਈ ਰਫਾਕਤ। 3,00,000 ਤੇ ਦੋਸਤੋ 50,000 ਰੁਪਇਆ ਫਾਈਨਲ ਜਿਹਾ ਰੇਟ ਕੀਤਾ। ਜਿਹੜਾ ਮੇਰਾ ਵੀਰ ਇਸ ਜਾਨਵਰ ਦੀ ਖਰੀਦਦਾਰੀ ਕਰਨਾ ਚਾਹੇ, ਖਰੀਦਦਾਰੀ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ ਤੇ WhatsApp ਨੰਬਰ ਨੀਚੇ ਸਕਰੀਨ ਤੇ ਵੀ ਚੱਲ ਰਿਹਾ ਹੁੰਦਾ ਹੈ। 0300 ਪੂਰਾ 1921999
19 21 999 ਮੇਰਾ ਮੋਬਾਈਲ ਨੰਬਰ ਆ, ਵਟਸਐਪ ਇਹਦੇ 'ਤੇ ਮੌਜੂਦ ਆ, ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੋ। ਬਾਕੀ ਮੈਂ ਉਮੀਦ ਕਰਾਂਗਾ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਵੇਗੀ। ਅਗਰ ਆਵੇ ਪਸੰਦ ਵੀਡੀਓ, ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਲਾਜ਼ਮੀ ਕਰਨਾ। ਇਸ ਵੀਡੀਓ ਤੋਂ ਦੇਣੀ ਹੈ ਮੈਨੂੰ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।